ਨਾਲ ਗੱਲ ਕਰਦਿਆਂ ਹੀ ਇਹ ਦਾ ਜ਼ਿਕਰ ਕੀਤਾ ਸੀ ਕਿ ਸਾਡੇ ਨਾਲ ਸਟੂਡੀਓ ਵਿੱਚ ਸਫਲ ਸ਼ੇਰ ਮਾਲਵਾ ਹਾਜ਼ਰ ਹੋਏਗਾ ਅਤੇ ਉਹ ਸਾਡੇ ਨਾਲ ਸਟੂਡੀਓ ਵਿੱਚ ਆ ਚੁੱਕਿਆ ਹੈ। ਗੁੱਡ ਮਾਰਨਿੰਗ ਸਫਲ, ਸਤਿ ਸ਼੍ਰੀ ਅਕਾਲ ਜੀ। ਜਿਹੜਾ ਚਾਰ ਵਾਰ ਗਿਆ ਪਰਿਵਾਰ ਵਾਰ ਗਿਆ, ਸਿੱਖ ਕੌਮ ਉੱਤੋਂ ਪੂਰਾ ਘਰ ਬਾਰ ਵਾਰ ਗਿਆ। ਪੁੱਤ ਹਾਂ ਮੈਂ ਉਸੇ ਪੁੱਤਰਾਂ ਦੇ ਦਾਨੀ ਦਾ, ਪੁੱਤ ਹਾਂ ਮੈਂ ਉਸੇ ਪੁੱਤਰਾਂ ਦੇ ਦਾਨੀ ਦਾ। ਸਤਿ ਸ਼੍ਰੀ ਅਕਾਲ ਅੰਕਲ, ਸਾਰੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇੱਕ ਨਵੀਂ ਰਚਨਾ ਤਿਆਰ ਕੀਤੀ ਆ ਥੋੜੇ ਦਿਨਾਂ ਦੇ ਵਿੱਚ, ਦੂਜੀ ਵਾਰ। ਹਾਂਜੀ, ਗ੍ਰੇਟ। ਕਿੱਥੋਂ ਇਨਸਪੀਰੇਸ਼ਨ ਹੋਈ, ਕਿਵੇਂ ਮਨ ਚ ਆਇਆ? ਐਕਚੁਅਲੀ ਮੈਂ ਇੱਕ ਦਿਨ ਘਰ ਬੈਠਾ ਸੀ ਤੇ ਮੇਰੇ ਡੈਡੀ ਲੱਭਣ ਲੱਗ ਪਏ ਇੱਕ ਬਸ ਤਿਆਰ ਕਰਨ ਲਈ ਜੇ ਕਿਸੇ ਲੋੜ ਪੈ ਜਾਣ। ਓਕੇ। ਇਹ ਡੈਡੀ ਨੇ ਇੱਕ ਬੜੂ ਇੱਕ ਸਾਨੂੰ ਇੰਡੀਆ ਤੋਂ ਮਿਲੀ ਆ, ਬੜੂ ਸਾਹਿਬ ਅਕੈਡਮੀ ਨੇ ਭੇਜੀ ਹੈ ਸਾਨੂੰ ਤੇ ਉਹਨੇ ਬਹੁਤ ਸੋਹਣੀ ਲਿਖੀ ਸੀ, ਪਰ ਫਿਰ ਮੈਂ ਉਹਦੀ ਕੰਪੋਜੀਸ਼ਨ ਬਣਾਈ, ਡੈਡੀ ਨੂੰ ਚੰਗੀ ਲੱਗੀ, ਫਿਰ ਅਸੀਂ ਡਿਸਾਈਡ ਕੀਤਾ ਵੀ ਰਿਕਾਰਡ ਕਰੀਏ। ਓਕੇ। ਅਸੀਂ ਰਿਕਾਰਡ ਕੀਤੀ ਪਰ ਟੈਕਨੀਕਲ ਪ੍ਰੋਬਲਮ ਕਰਕੇ ਉਹ ਹੋ ਨਹੀਂ ਸਕੀ। ਫਿਰ ਹਾਂਜੀ ਬਸ ਠੀਕ ਹੈ। ਤੇ ਨਾਲ ਤੁਹਾਡੇ ਅੱਜ ਟੀਚਰ ਵੀ ਆਏ ਨੇ, ਸ਼ਮਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਵੈਲਕਮ ਜੀ। ਤੇ ਕਿਵੇਂ ਰਿਹਾ ਤੁਹਾਡਾ ਸਫਲ ਦੇ ਨਾਲ ਹੁਣ ਤੱਕ ਦਾ ਤਜਰਬਾ ਰਿਹਾ? ਹਾਂਜੀ, ਬਹੁਤ ਵਧੀਆ ਰਿਹਾ ਜੀ। ਇਹ ਬੱਚਾ ਬਹੁਤ ਵਧੀਆ, ਬਹੁਤ ਅੱਗੇ ਜਾਊਗਾ ਜੀ। ਜੀ, ਜਿਹੜੀ ਗੱਲ ਇਹਨੂੰ ਸਮਝਾਈਦੀ ਹੈ ਸੰਗੀਤ ਦੇ ਥਰੂ ਤੇ ਉਹ ਸਾਰੀ ਗੱਲ ਬੜੀ ਚੰਗੀ ਤਰ੍ਹਾਂ ਸਮਝਦਾ ਜੀ। ਗੁੱਡ। ਤੇ ਸਫਲ, ਫਿਰ ਆਪਣੀ ਰਚਨਾ ਸਾਂਝੀ ਕਰੋ ਸਾਡੇ ਨਾਲ, ਅਸੀਂ ਵੀ ਸੁਣੀਏ ਤੇ ਸਾਡੇ ਸਰੋਤਿਆਂ ਨੂੰ ਵੀ ਸੁਣਾਓ। ਜੀ ਤਿਆਰ ਹੋ? ਹਾਂਜੀ ਜੀ, ਗ੍ਰੇਟ। ਮੈਂ ਪਹਿਲਾਂ ਇਹ ਗਾਣੇ ਦੀ ਥੋੜ੍ਹੀ ਸਟੋਰੀ ਦੱਸੂੰਗਾ ਕਿਸ ਦੇ ਬਾਰੇ। ਇਹ ਗਾਣੇ ਵਿੱਚ ਦਸ਼ਮੇਸ਼ ਪਿਤਾ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਤੋਂ ਗੱਲ ਕੀਤੀ ਜਾਂਦੀ ਹੈ। ਉਸ ਮੌਕੇ ਤੇ ਜਦੋਂ ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ, ਉਹਨਾਂ ਨੂੰ ਕੀ ਲੱਗਿਆ ਸੀ? ਓਕੇ, ਥੈਂਕ ਯੂ। ਲਾੜੀ ਮੌਤ ਨੇ ਨਾ ਫਰਕ ਕੋਈ ਆਉਣ ਦਿੱਤਾ, ਚੌਹਾਂ ਵੀਰਾਂ ਦੇ ਗੂੜ ਪਿਆਰ ਅੰਦਰ। ਲਾੜੀ ਮੌਤ ਨੇ ਨਾ ਫਰਕ ਕੋਈ ਆਉਣ ਦਿੱਤਾ, ਚੌਹਾਂ ਵੀਰਾਂ ਦੇ ਗੂੜ ਪਿਆਰ ਅੰਦਰ। ਤਕਦਾਰ ਕੱਚੇ ਕਿਲੇ ਦੀ ਫਜ਼ੀਲ ਉੱਤੋਂ, ਤਕਦਾਰ ਬਾਪੂ ਤਕਦਾਰ ਬਾਪੂ ਤਕਦਾਰ ਕੱਚੀ ਗੜੀ ਦੀ ਫਜ਼ੀਲ ਉੱਤੋਂ, ਤਕਦਾਰ ਬਾਪੂ ਤਕਦਾਰ। ਕਿੰਨਾ ਬਲ ਹੈ ਨਿੱਕੀ ਕਿਰਪਾਨ ਅੰਦਰ, ਲਾੜੀ ਮੌਤ ਨੇ ਨਾ ਫਰਕ ਕੋਈ ਆਉਣ ਦਿੱਤਾ, ਚੌਹਾਂ ਵੀਰਾਂ ਦੇ ਗੂੜ ਪਿਆਰ ਅੰਦਰ। ਲਾੜੀ ਮੌਤ ਨੇ ਨਾ ਫਰਕ ਕੋਈ ਆਉਣ ਦਿੱਤਾ, ਚੌਹਾਂ ਵੀਰਾਂ ਦੇ ਗੂੜ ਪਿਆਰ ਅੰਦਰ।
किन्ने चले वारे किन्ने खुबे ने तीर लाल जुजार दे सीने अंदर लाड़ी मौत ने ना फर्क कोई आन दिता चौहां वीरां दे गूड़े प्यार अंदर लाड़ी मौत ने ना फर्क कोई आन दिता चौहां वीरां दे गूड़े प्यार अंदर दादी तकिया बुरज दी चीत विचों दादी तकिया जद तकिया फुल लुक गे ने इटां दे पारे अंदर लाड़ी मौत ने ना फर्क कोई आन दिता चौहां वीरां दे गूड़े प्यार अंदर लाड़ी मौत ने ना फर्क कोई आन दिता चौहां वीरां दे गूड़े प्यार अंदर शहीद दादे चात पाई अरशों शहीद दादे अरशों शहीद दादे किन्ना सिद्क है मेरे परिवार अंदर लाड़ी मौत ने ना फर्क कोई आन दिता चौहां पोतियां दे गूड़े प्यार अंदर लाड़ी मौत ने ना फर्क कोई आन दिता चौहां वीरां दे गूड़े प्यार अंदर जूझे किंज साहिब जादे धर्म नूं बचाउण खातर जूझे किंज साहिब जादे जूझे किंज साहिब जादे दो मैदान अंदर दो दीवार अंदर बहुत मेहरबानी सफल उम्मीद करते हैं कि दो मैदान अंदर ते दो दीवार अंदर इन्हां दा जज्बा स्पिरिट तेरे अंदर इस तरह बनी रहे और तुसी यही स्पिरिट बाकियां नाल सांझे करदे रहो सो मैं तुहाडे सफल पेशकारी नूं सलाम करदा हां ते शमी भाजी तुसी साथ दित्ता अपने वालों कुछ कहना चाहोगे बेटे बारे थोड़ा जिहा जे माइक अगे करके सांझा करना होवे होर कॉल कर लो जी थोड़ा जिहा यस हाँ जी हाँ जी मैं जिन्हें सुनने वाले स्रोते ने जी सारे नूं इह चाहांगा कि यह बच्चा अजे बहुत छोटा है सीख रहा है या ते तुहाडे हौसले की तुहाडे आशीर्वाद की बहुत लोड़ है ते जिन्ना कि उसनूं मैं सिखाया है ते सिखा रहा है ते जिन्नी इहदी अपनी मेहनत है जी जिन्नी इहदी इन्हां दे पापा की मेहनत है जो साथ नाल दिंदे ने
ਇੰਝ ਲੱਗ ਰਿਹਾ ਹੈ ਕਿ ਇਹਦਾ ਫਿਊਚਰ ਜਿਹੜਾ ਹੈ ਬਹੁਤ ਵਧੀਆ ਹੈ, ਪਰ ਫਿਰ ਵੀ ਅਸੀਂ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਜਦੋਂ ਪੇਸ਼ ਹੁੰਦੇ ਹਾਂ ਕਿ ਇਹ ਉਮੀਦ ਲੈ ਕੇ ਆਉਂਦੇ ਹਾਂ ਕਿ ਤੁਹਾਡਾ ਆਸ਼ੀਰਵਾਦ ਹਮੇਸ਼ਾ ਇਸ ਬੱਚੇ ਦੇ ਨਾਲ ਹੋਵੇਗਾ ਜੀ। ਥੈਂਕ ਯੂ ਜੀ, ਸ਼ੁਕਰੀਆ, ਐਂਡ ਗੋਡ ਬਲੈਸ ਯੂ ਸਫਲ। ਫਿਰ ਦੁਬਾਰਾ ਮੁਲਾਕਾਤ ਕਰਾਂਗੇ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਜੇ ਤੁਸੀਂ ਕਿਸੇ